ਮੈਂ ਇੱਕ ਜ਼ਿਕਰ ਕਰਨਾ ਚਾਹੁੰਦਾ, ਜ਼ਰੂਰੀ ਹੈ, ਅੱਜ ਦੇ ਵਿਸ਼ੇ 'ਤੇ ਹੈ। ਆ ਕੰਗਣਾ ਵਾਲਾ ਵਿਸ਼ਾ ਚੱਲਿਆ ਸੀ ਨਾ ਪਿਛਲਿਆਂ ਦਿਨਾਂ ਵਿੱਚ, ਬੜਾ ਉਹਦਾ ਜਿਹੜਾ ਪ੍ਰਚਾਰ ਹੋਇਆ ਕੰਗਣਾ ਰਣੌਤ ਦੇ ਵਿਸ਼ੇ ਦਾ। ਇਸ ਵਿਸ਼ੇ ਨੇ ਇੱਕ ਵਾਰ ਭਾਰਤ ਦੇਸ਼ ਦੀਆਂ ਜਿਹੜੀਆਂ ਨੀਤੀਆਂ ਨੇ ਉਹਦੀਆਂ ਚਾਲਾਂ ਨੇ ਤੁਹਾਡੇ ਪ੍ਰਤੀ ਜ਼ਾਹਰ ਕਰ ਦਿੱਤੀਆਂ। ਇੱਧਰ ਮੋਹਾਲੀ ਏਅਰਪੋਰਟ 'ਤੇ ਬੀਬੀ ਕੁਲਵਿੰਦਰ ਕੌਰ ਨੇ ਲਫੇੜਾ ਚੜਿਆ, ਉੱਧਰ ਪੰਜਾਬ ਤੋਂ ਬਾਹਰ ਬਾਹਰਲੀਆਂ ਸਟੇਟਾਂ ਵਿੱਚ ਤੁਹਾਨੂੰ ਖਾਲਿਸਤਾਨੀ ਕਹਿਣਾ ਸ਼ੁਰੂ ਕਰ ਦਿੱਤਾ। ਇਹ ਗੱਲ ਸਮਝ ਲਿਓ ਮੇਰੀ ਧਿਆਨ ਨਾਲ, ਕਿ ਇੱਧਰ ਇੱਕ ਲਫੇੜਾ ਵੱਜਾ ਅਤੇ ਉੱਧਰ ਪੰਜਾਬ ਤੋਂ ਬਾਹਰ ਤੁਹਾਨੂੰ ਖਾਲਿਸਤਾਨੀ ਕਹਿਣਾ ਸ਼ੁਰੂ ਕਰ ਦਿੱਤਾ। ਮਤਲਬ ਇੱਕ ਥੱਪੜ ਦੇ ਵਿੱਚ ਇੰਨੀ ਪਾਵਰ ਹੈ। ਗੁਰੂ ਸਾਹਿਬ ਕਹਿੰਦੇ ਜਿਹੜਾ ਬੰਦਾ ਆਪਣੀ ਇੱਜ਼ਤ ਆਪ ਨਹੀਂ ਕਰਦਾ, ਉਹਦੀ ਇੱਜ਼ਤ ਦੂਜਾ ਬੰਦਾ ਨਹੀਂ ਕਰਦਾ ਕਦੇ ਵੀ। ਇਹ ਗੱਲ ਦਾ ਖਿਆਲ ਰੱਖਿਓ, ਜਿੱਦਣ ਤੁਸੀਂ ਆਪਣੀ ਇੱਜ਼ਤ ਆਪ ਕਰਨ ਲੱਗੇ ਉਦਣ ਤੁਹਾਡੀ ਇੱਜ਼ਤ ਦੁਨੀਆ ਕਰੂਗੀ। ਉਸ ਬੀਬੀ ਨੇ ਕਿਹਾ ਕਿ ਥੱਪੜ ਮਾਰਨ ਲੱਗੀ ਨੇ, ਕਹਿੰਦੀ ਸਾਡੀਆਂ ਮਾਵਾਂ ਦੀ 100-100 ਰੁਪਈਆ ਇਹਨੇ ਕੀਮਤ ਲਾਈ ਹੈ ਸਿੰਘੂ ਬਾਰਡਰ ਧਰਨੇ 'ਤੇ ਬੈਠਿਆਂ ਦੀ। ਮੇਰੀ ਮਾਂ ਵੀ ਬਹਿ ਕੇ ਆਈ ਹੈ, ਉਹਨੇ ਠੰਡਾਂ ਅਤੇ ਧੁੱਪਾਂ ਪਿੰਡੇ 'ਤੇ ਹੰਢਾਈਆਂ ਨੇ, ਉਸ ਸੰਘਰਸ਼ ਦਾ ਹਿੱਸਾ ਬਣੀ। ਅਤੇ ਇਹ ਮੇਰੀ ਮਾਂ ਦਾ ਮੁੱਲ 100 ਰੁਪਈਆ ਲਾਉਂਦੀ ਸੀ, ਇਹਦੇ ਵਿੱਚ ਜੁਰਤ ਆ ਤਾਂ 5 ਦਿਨ ਬਹਿ ਕੇ ਦਿਖਾਲੇ। ਮੇਰੇ ਮਨ ਵਿੱਚ ਰੋਸਾ ਸੀ, ਮੈਂ ਇਹਦੇ ਥੱਪੜ ਮਾਰਿਆ। ਅੱਜ ਸਾਨੂੰ ਕਿਹਾ ਜਾਂਦਾ, ਕਹਿੰਦੇ ਜੇ ਥੱਪੜ ਮਾਰਨਾ ਸੀ ਵਰਦੀ ਲਾਹ ਦਿੰਦੀ, ਜੇ ਵਰਦੀ ਲਾਹੀ ਹੁੰਦੀ ਤਾਂ ਬਿਆਂਤੇ ਬੁੱਚੜ ਦੇ ਕੋਈ ਪ੍ਰਖੱਚੇ ਉਡਾ ਸਕਦਾ ਸੀ, ਉਹਦੇ ਲਾਗੇ ਕਿਹਨੇ ਜਾਣਾ ਸੀ। ਜੇ ਵਰਦੀ ਲਾਹੀ ਹੁੰਦੀ ਇੰਦਰਾ ਗਾਂਧੀ ਨੂੰ ਉਹਦੇ ਘਰ ਵਿੱਚ ਕੋਈ ਗੋਲੀਆਂ ਮਾਰ ਸਕਦਾ ਸੀ। ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ ਨੇ ਕੇਸ ਘਟਾਤੇ ਸੀ। ਕਿਉਂ ਘਟਾਏ? ਪਰਿਵਾਰ ਵੀ ਗੁੱਸੇ ਹੋਇਆ, ਰਿਸ਼ਤੇਦਾਰ ਸੱਜਣ ਮਿੱਤਰ ਬੁਲਾਉਣੋਂ ਹਟ ਗਏ ਸੀ ਵੀ ਕੇਸ ਕਿਉਂ ਕਤਲ ਕਰਾਏ। ਪੁਰਾਣੇ ਸਮੇਂ 'ਚ ਬੱਚਾ ਕੇਸ ਕਤਲ ਕਰਾਵੇ ਤਾਂ ਮਾਂ ਬਾਪ ਮੱਥੇ ਨਹੀਂ ਸੀ ਲਾਉਂਦੇ। ਅੱਜ ਜਦੋਂ ਕੱਟ ਜਿਹਾ ਪੁਆ ਕੇ ਆਉਂਦਾ ਨਾ ਵਿੰਗਾ ਟੇਡਾ ਜਿਹਾ ਸਿਰ 'ਤੇ, ਘਰਦੇ ਹੀ ਕਹਿੰਦੇ ਨੇ ਬੜੀ ਸੋਹਣੀ ਆਹ ਲਿਖਾਈ ਜੀ ਪੁਆ ਕੇ ਆਏ। ਕੇਸਾਂ ਦੀ ਕਦਰ ਨਹੀਂ ਕਰਦੇ ਲੋਕ। ਅਨੰਦਪੁਰ ਜਾਇਆ ਕਰੋ, ਪਰ ਅਨੰਦਪੁਰੋਂ ਹੀ ਮੁੜ ਆਇਆ ਕਰੋ। ਜੇ ਕੇਸਗੜ੍ਹ ਜਾਣਾ ਫਿਰ ਕੇਸ ਰੱਖ ਕੇ ਜਾਇਆ ਕਰੋ। ਕੇਸਗੜ੍ਹ ਕੇਸਾਂ ਦੇ ਨਾਲ ਹੈ, ਮੋਨਿਆਂ ਘੋਨਿਆਂ ਨਾਲ ਨਹੀਂ। ਮੇਰੀ ਗੱਲ ਦਾ ਗੁੱਸਾ ਨਾ ਕਰਿਓ, ਇਹ ਗੱਲ ਸੱਚੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹਨਾਂ ਕੇਸਾਂ ਲਈ 4 ਵਾਰੇ ਨੇ, ਕਹਿੰਦੇ ਜਦੋਂ ਏਅਰਪੋਰਟ ਦੇ ਉੱਤੇ ਉਹ ਆਉਂਦੀ ਹੈ ਉਹਦੇ ਥੱਪੜ ਵੱਜਦਾ, ਉਹ ਥੱਪੜ ਦੀ ਗੂੰਜ ਦੁਨੀਆ ਦੇ ਕੋਨੇ ਤੱਕ ਜਾਂਦੀ ਹੈ। ਆਹ ਹੇਮਕੁੰਟ ਨੂੰ ਜਾਂਦੇ ਮੁੰਡਿਆਂ ਦੀਆਂ ਪੱਗਾਂ ਲਾ ਕੇ ਮੋਟਰਸਾਈਕਲ ਤੋੜੇ ਤੇ ਉਹਨਾਂ ਨੂੰ ਕੁੱਟਿਆ ਗਿਆ। ਕਿਉਂ? ਕਿ ਸਾਡੀ ਇੱਕ MP ਦੇ ਥੱਪੜ ਮਾਰਿਆ ਗਿਆ। ਆਹ ਹਰਿਆਣੇ ਦੇ ਵਿੱਚ 2 ਮੁੰਡਿਆਂ ਨੂੰ ਕੁੱਟਣ ਲੱਗੇ, ਇੱਕ ਛੁੱਟ ਕੇ ਭੱਜ ਗਿਆ, ਇੱਕ ਦਾ ਬਹੁਤ ਬੁਰਾ ਹਾਲ ਕੀਤਾ ਕੁੱਟ ਕੁੱਟ ਕੇ। ਉਹਨੂੰ ਕਹਿੰਦੇ ਕੀ ਸੀ? ਤੂੰ ਖਾਲਿਸਤਾਨੀ ਹੈ। ਹਾਂ, ਮੈਂ ਕਹਿੰਦਾ, ਮੈਂ ਮਾਣ ਨਾਲ ਕਹਿੰਦਾ ਮੈਂ ਖਾਲਿਸਤਾਨੀ ਹਾਂ। ਖਾਲਿਸਤਾਨੀ ਦਾ ਮਤਲਬ ਹੈ ਖਾਲਸ, ਪਿਓਰ। ਮੈਂ ਗੁਰੂ ਦਾ ਸਿੱਖ ਹਾਂ, ਮੈਂ ਖਾਲਿਸਤਾਨੀ ਹਾਂ। ਮੈਂ ਖਾਲਿਸਤਾਨ ਮੰਗਦਾ ਕਿਹੜਾ? ਸ਼ੇਰੇ ਪੰਜਾਬ ਦੇ ਰਾਜ ਵਾਲਾ, ਜਿਹਦੇ ਵਿੱਚ ਮੰਦਿਰ ਵੀ ਬਣਦਾ, ਜਿਹਦੇ ਵਿੱਚ ਮਸਜਿਦ ਵੀ ਬਣਦੀ ਹੈ, ਜਿਹਦੇ ਵਿੱਚ ਗੁਰਦੁਆਰਾ ਵੀ ਬਣਦਾ ਅਤੇ ਜਿਹਦੇ ਵਿੱਚ ਗਿਰਜਾ ਘਰ ਵੀ ਬਣਦਾ। ਸਾਰਿਆਂ ਧਰਮਾਂ ਦੀ ਰੱਖਿਆ ਹੁੰਦੀ ਹੈ।
ਇਸ ਦੇਸ਼ ਦੀ ਮੰਗ ਕਿਸੇ ਨੇ ਨਹੀਂ ਕੀਤੀ, ਜਿੱਥੇ ਅੱਜ ਗੁਰਦੁਆਰਾ ਵੀ ਢਾ ਦਿੱਤਾ ਜਾਂਦਾ, ਅਕਾਲ ਤਖ਼ਤ ਖੇਰੂੰ ਖੇਰੂੰ ਕਰ ਦਿੱਤਾ, ਜਿੱਥੇ ਅੱਜ ਸਾਡੇ ਕਈ ਭਗਤਾਂ ਦੇ ਮੰਦਰ ਜਿਵੇਂ ਰਵਿਦਾਸ ਮਹਾਰਾਜ ਦਾ ਮੰਦਰ ਦਿੱਲੀ ਵਿੱਚ ਢਾ ਦਿੱਤਾ ਗਿਆ, ਕਿਤੇ ਨਾ ਕਿਤੇ ਮਸਜਿਦ ਨੂੰ ਢਾਉਣਾ ਅੱਜ ਦਾ ਟ੍ਰੈਂਡ ਬਣ ਗਿਆ। ਮਤਲਬ ਇਹ ਵਿਸ਼ਾ ਜਿਹੜਾ ਉਹ ਸਾਨੂੰ ਇਹਨਾਂ ਲੋਕਾਂ ਦੇ ਪ੍ਰਤੀ ਨਫ਼ਰਤ ਦਿੰਦਾ, ਜਿਨ੍ਹਾਂ ਨੂੰ ਅਸੀਂ ਚੁਣ ਕੇ ਵਿਧਾਨ ਸਭਾ ਲੋਕ ਸਭਾ 'ਚ ਬਿਠਾ ਦੇ ਹਾਂ ਵੀ ਚੰਗੇ ਕਾਨੂੰਨ ਬਣਾਓ, ਲੋਕ ਜ਼ਿੰਦਗੀ ਜਿਉਣ।